आर टीवी वन चैनल शो वेखण वाले सारे श्रोतियां नूं अशोक तलवाड़ वालों प्यार भरी सत श्री अकाल। जिवें कि आप सब श्रोतियां नूं पता ही है कि इस चैनल वालों ईवनिंग लाइव शो चलाया जाता है, तो जिस विच आम गल्लां बातां राहीं लोगों नूं मैसेज दिता जाता है, तो उभरते हुए कलाकारां नाल थोड़ी जान पहचान कराई जाती है, जो कि अपनी आवाज़ नाल थोड़े सारे श्रोतियां नूं अपनी कला का जादू विखांदे ने। ते अज साडे इस स्टूडियो दे विच बहुत ही अच्छे फनकार जिहड़े कि आवाज़ राही लोगों का मनोरंजन करते हैं, मेरी मुराद सज्जन अकबरपुरी जी ते उन्होंने नाल मजाह दे बादशाह गुरमिंदर खेड़ी जी, वो साढ़े स्टूडियो च तशरीफ लियाए ने, ते अज असी इन्हां दे नाल गलबात भी करांगे ते इन्हां दी कला दा प्रदर्शन भी वेखांगे। सत श्री अकाल दोस्तो, मैं तुहाडा अपना सज्जन अकबरपुरी। तो सब तो पहला तो मैं आर टी वी वन का तहे दिलों धन्यवाद करदा जिन्हां ने यह बहुत वधिया उपराला कीता है, क्योंकि साढ़े एरिए दे विच साढ़े इलाके दे विच कला बहुत है जो लोगों के रूबरू हो ही नहीं सकी, सामने नहीं आ सकी। ये कह लो भी कई गरीबी कारण कह लो, कई मजबूरिया के कारण कह लो, भी वह सामने नहीं आ सकी। सो इन्होंने बहुत वधिया उपराला किया, साढ़े शमशेर बग्गा भाजी ने, साढ़े सत्कार जो अशोक तलवाड़ जी, सो इन्होंने बहुत वधिया उपराला किया कि वह कला सामने लिया का, उन्होंने कलाकारों थोड़े सामने लिया का। सो असी आर टी वी वन के शमशेर बग्गा जी का बहुत बहुत धन्यवाद करते हैं जी। एक काका जी, मैं एक गल दस्यो, हाँ जी, ਤੁਸੀਂ ਸੱਜਣ ਅਕਬਰਪੁਰੀ ਹੋ? ਹਾਂਜੀ ਸਰ, ਮੈਂ ਸੱਜਣ ਅਕਬਰਪੁਰੀ ਹਾਂ ਜੀ। ਅੱਛਾ, ਮੈਂ ਤਾਂ ਬੜਾ ਤਗੜਾ ਭੁਲੇਖਾ ਖਾ ਗਿਆ, ਮੈਂ ਤਾਂ ਸੋਚਿਆ, ਮੈਂ ਕਿਹਾ ਸ਼ਾਇਦ ਤੁਸੀਂ ਉਹਦੇ ਵੱਡੇ ਭਾਈ ਸਾਹਿਬ। ਭੁਲੇਖੇ ਦੀ ਗੱਲ ਸੁਣ ਲਓ ਸਰ ਜੀ। ਹਾਂਜੀ, ਇੱਕ ਵਾਰੀ ਪਹਿਲਾਂ ਤੁਸੀਂ ਅਕਸਰ ਮੈਨੂੰ ਕਲੀਨ ਸ਼ੇਪ ਦੇਖਿਆ ਹੋਊਗਾ। ਹਾਂ ਹਾਂ, ਉਹੀ ਤਾਂ ਮੈਂ। ਹਾਂਜੀ, ਤੇ ਸਾਡੇ ਹਵੇਲੀ ਤੋਂ ਇੱਕ ਮੇਰਾ ਦੋਸਤ ਹੈ, ਉਹਦੀ ਸਾਡੇ ਪਿੰਡ ਰਿਸ਼ਤੇਦਾਰੀ ਵੀ ਹੈ। ਅੱਛਾ ਜੀ। ਮੈਨੂੰ ਇੱਕ ਦਿਨ ਸਿਨਮੇ ਦੇ ਕੋਲ ਮਿਲ ਗਿਆ ਜੀ, ਤੇ ਮੇਰੇ ਕੋਲ ਉਹ ਲੰਘ ਗਿਆ। ਲੰਘਣ ਤੋਂ ਬਾਅਦ ਉਹ ਪਿੱਛੋਂ ਆਵਾਜ਼ ਮਾਰੀ ਉਹਨੇ, ਕਹਿੰਦਾ ਭਾਅ ਜੀ ਇੱਕ ਮਿੰਟ ਆਇਓ। ਮੈਂ ਪਿੱਛੇ ਮੁੜਿਆ, ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਸੋਰੀ ਭਾਅ ਜੀ, ਕਹਿੰਦਾ ਮੈਨੂੰ ਭੁਲੇਖਾ ਪੈ ਗਿਆ। ਮੈਂ ਕਿਹਾ ਵੀਰੇ ਕਿਹਦਾ ਭੁਲੇਖਾ ਪੈ ਗਿਆ? ਕਹਿੰਦਾ ਮੈਂ ਸੋਚਿਆ ਕਿਤੇ ਸੱਜਣ ਅਕਬਰਪੁਰੀ ਹੈ। ਮੈਂ ਕਿਹਾ ਕੋਈ ਗੱਲ ਨਹੀਂ ਵੀਰੇ, ਉਹ ਮੇਰਾ ਭਰਾ ਹੀ ਹੈ। ਸੋ ਇੱਦਾਂ ਕਈ ਵਾਰੀ ਭੁਲੇਖਾ ਪੈ ਜਾਂਦਾ, ਭੁਲੇਖੇ ਲੱਗ ਜਾਂਦੇ, ਕਿਉਂਕਿ ਬਾਈ ਗੋਡ ਮੈਨੂੰ ਇੰਜ ਲੱਗਿਆ ਕਿ ਜਿਵੇਂ ਤੁਸੀਂ ਮਿਲਟਰੀ ਦੀ ਸੇਵਾ ਚੋਂ ਰਿਟਾਇਰ ਹੋ ਕੇ ਆਏ। ਸਰ ਦੇਖੋ, ਉਹ ਸਬੱਬ ਤਾਂ ਨਹੀਂ ਹੋਇਆ, ਦਿਲ ਦੇ ਵਿੱਚ ਜਿਹੜਾ ਜਜ਼ਬਾ ਹੈਗਾ, ਇੱਕ ਸ਼ੌਕ ਸੀਗਾ ਵੀ ਹਾਂ ਅਸੀਂ ਆਪਣੇ ਦੇਸ਼ ਦੇ ਪ੍ਰਤੀ ਕੁਛ ਕਰੀਏ। ਹਰ ਇੱਕ ਬੰਦੇ ਦਾ ਮੁਕੱਦਰ ਹੁੰਦਾ ਹੈ ਕੁਛ ਕਹਿ ਲਓ, ਹੈ ਨਾ, ਅਤੇ ਅਸੀਂ ਮਿਲਟਰੀ ਦੇ ਵਿੱਚ ਜਾਂ ਆਰਮੀ ਦੇ ਵਿੱਚ ਫੌਜ ਵਿੱਚ ਨਹੀਂ ਜਾ ਸਕੇ, ਪਰ ਫਿਰ ਵੀ ਅਸੀਂ ਇੱਕ ਤਰੀਕੇ ਨਾਲ ਜਿਹੜੇ ਆਪਣੇ ਦੇਸ਼ ਦੀ ਸੇਵਾ ਕਰ ਰਹੇ, ਆਪਣੇ ਸੱਭਿਆਚਾਰ ਦੀ ਸੇਵਾ ਕਰ ਰਹੇ, ਸੰਗੀਤ ਰਾਹੀਂ। ਹਾਂ, ਉਹ ਕਿਸ ਤਰ੍ਹਾਂ ਕਿ ਕੁਛ ਗਾਣੇ ਅਸੀਂ ਪੰਜਾਬੀ ਲਿਖਦੇ ਹਾਂ ਜਿਹੜੇ ਸਾਡੇ ਦੇਸ਼ ਨੂੰ ਸਮਰਪਿਤ ਹੁੰਦੇ ਆ, ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਕੁਛ ਸ਼ਾਰਟ ਮੂਵੀਜ਼ ਵੀ ਬਣਾਉਂਦੇ ਹਾਂ ਅਸੀਂ। ਅੱਜ ਕੱਲ੍ਹ ਜ਼ਮਾਨਾ ਚੱਲ ਰਿਹਾ, ਉਸ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਦੇ ਕਿ ਸਾਡੇ ਜਿਹੜੇ ਸਮਾਜ ਨੂੰ ਕੋਈ ਨਾ ਕੋਈ ਸੇਧ ਮਿਲੇ। ਇਹ ਜਿਹੜਾ ਤੁਹਾਡਾ ਰੂਪ ਹੈ, ਇਹ ਕਿਤੇ ਕੋਰੋਨਾ ਦੀ ਵਜ੍ਹਾ ਨਾਲ ਤਾਂ ਨਹੀਂ ਬਣ ਗਿਆ? ਸਰ ਇਹ ਵੀ ਤੁਸੀਂ ਕਹਿ ਸਕਦੇ ਹੋ, ਬਟ ਕੁਛ ਟਾਈਮ ਤੋਂ ਮੈਨੂੰ ਇਹ ਹੋਇਆ ਸੀਗਾ ਕਿ ਜਿਹੜਾ ਇੰਡਸਟਰੀ ਦੇ ਵਿੱਚ ਕੰਮ ਹੈ, ਤਕਰੀਬਨ ਪਗੜੀ ਦੇ ਨਾਲ ਜ਼ਿਆਦਾ ਥੋੜ੍ਹਾ ਜਿਹਾ ਮਿਲਣ ਲੱਗਿਆ ਪਿਆ ਸੀ। ਅੱਛਾ, ਅਤੇ ਮੈਂ ਸੋਚਿਆ ਵੀ ਕਿਉਂ ਨਾ, ਆਪਾਂ ਕਹਿੰਦੇ ਨਹੀਂ ਵੀ ਜ਼ਮਾਨੇ ਦੇ ਨਾਲ ਚੱਲਣਾ ਚਾਹੀਦਾ। ਬਿਲਕੁਲ ਬਿਲਕੁਲ, ਵੀ ਜੇ ਬੰਦਾ ਟਾਈਮ ਦੇ ਨਾਲ ਨਾ ਚੱਲੇ ਤਾਂ ਪਿੱਛੇ ਰਹਿ ਜਾਂਦਾ। ਤੋ ਮੈਂ ਕੋਸ਼ਿਸ਼ ਕੀਤੀ ਹੈ, ਮੈਂ ਕਿਹਾ ਚਲੋ ਦੇਖ ਲੈਂਦੇ। ਸੋ ਉਹਦਾ ਮੈਨੂੰ ਇੱਕ ਪੋਜ਼ਿਟਿਵ ਰਿਜ਼ਲਟ ਮਿਲਿਆ ਸਰ। ਅੱਛਾ, ਤੇ ਮੈਨੂੰ ਜੀ ਪੰਜਾਬੀ ਤੇ ਦੋ ਤਿੰਨ ਸੀਰੀਅਲ ਮਿਲ ਚੁੱਕੇ ਨੇ। ਕਿਆ ਬਾਤ, ਜਿਨ੍ਹਾਂ ਦੇ ਵਿੱਚ ਖੁਸ਼ੀ ਦੀ ਗੱਲ ਹੈ ਤਾਂ। ਹਾਂਜੀ, ਤੂੰ ਪਤੰਗ ਮੈਂ ਡੋਰ, ਹੀਰ ਰਾਂਝਾ, ਕਮੜੀ ਇਸ਼ਕ ਦੀ, ਤੇ ਖਸਮਾਂ ਨੂੰ ਖਾਣੀ ਜੀ, ਤੇ ਪੀ ਟੀ ਸੀ ਤੇ ਮੇਰੇ ਦੋ ਤਿੰਨ ਐਪੀਸੋਡ ਆ ਚੁੱਕੇ ਨੇ, ਜਿਨ੍ਹਾਂ ਦੇ ਡਾਇਰੈਕਟਰ ਸਾਹਿਬ ਨੇ ਜੀਤ ਮਠਾੜੂ ਜੀ ਬੰਬੇ ਤੋਂ ਜੀ, ਉਹਨਾਂ ਦਾ ਵੀ ਮੈਨੂੰ ਹਿੱਸਾ ਬਣਨ ਦਾ ਮੌਕਾ ਮਿਲਿਆ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਉਹਨਾਂ ਨੂੰ ਟਾਈਮ ਦਿੱਤਾ ਜੀ। ਅੱਛਾ, ਸੋ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਚਲੋ ਸਬੱਬ ਬਣਦਾ ਚੱਲੀ ਜਾਂਦਾ ਜੀ। ਅਤੇ ਇਹ ਕਾਕਾ ਹਰਮਿੰਦਰ ਖੇੜੀ, ਮੈਂ ਇਹਦਾ ਵੀ ਰੂਪ ਬੜਾ ਚੇਂਜ ਹੋਇਆ ਵਾ ਲੱਗਦਾ। ਮੈਂ ਤਾਂ ਜੀ ਲੁੱਕ ਕੇ ਰਹਿੰਦਾ ਹੈ। ਲੁੱਕ ਕੇ ਬਾਹਰ ਕਰੋਨਾ ਇਸ ਕਰਕੇ, ਤਾਂ ਕਰਕੇ ਅੱਗੇ ਨਾਲੋਂ ਫਰਕ ਪੈ ਗਿਆ, ਗੋਰਾ ਹੋ ਗਿਆ ਮੈਂ। ਅੱਛਾ, ਤੇ ਅਸੀਂ ਧੰਨਵਾਦ ਵੀ ਬਹੁਤ ਹੈ
आर टी वी बंदे जिन्होंने सानू अज इत्थे बुला के सानू लोकां दे दर्शकां दे रूबरू करवाया। अच्छा ते तुहाडा वी बहुत धन्नवाद जी, तुसीं अज साडा की गल पढ़ ला, तुसीं किसे खूंडे च बढ़ गए सी? करोना ने जी तसल्ली कराई पई है, हुण क्या करीए। प्रोग्राम ला के आए, प्रोग्राम तो लेट हो गए, मैनू कहिंदा वी मैनू घर छड्डो वी, साडा इलाका जिहड़ा खेड़ी हैगा वी बड़ा सुनसान इलाका है, बड़ा रिस्की इलाका है। रिस्की है वैसे, मैं भी हाँ जी उत्थे गए, चलो इन छड्डण चले गए, गड्डी कोल हैगी, सारे म्यूजिशियन नाल सीगे। अच्छा, ते चले गए जाके गेट खड़काउण लागे, तो इहदे घर वाले पहला तां कुंडा ना खोले, उहनू कहा भी पता नहीं कौन है कौन नहीं, है ना। ते जदों नेड़े जे आई, इहने थोड़ा जिहा पैग जिहा वी लाया, इहदी आवाज़ मूज़ नहीं पछाणी, सुनो सही। अच्छा जी, फिर मैं यार कह भी असि भी मुड़ना है ना भी खुलवा कुंडा, फिर अपने घर वाले कह लग गया देखी खोल दे भैन बन के, कहना अजकल हाले तो कुछ नहीं है लॉकडाउन, नहीं तो छोटे छोटे क्लिप बनाई जाते हैं वीडियो कमेडी, मैं ज्यादा कमेडी कमेडी कर, हाँ तो फिल्म भी कमेडी बनाई, खैर सज्जना गुरु जी ने कट्ठिया ने काम किया, लॉकडाउन करके हाले कोई किसी की दाढ़ी बधी भी है, अच्छा जी किसी की घसी हुई है जी दाढ़ी, देखो दिल होना चाहिए जवान, उम्र च की रखिया उस तो गल शुरू हुई सी, मैं तुहानू चेंज दी गल शुरू करदा, पग तो शुरू करदा गल, जिहड़ी पग है पग इक साडे पंजाबीआं दी शान है, शान बिलकुल, ਪੰਜਾਬੀ ਜਿਹੜੀ ਪੱਗ ਨੂੰ ਦੇਖ ਕੇ ਲੋਕੀ ਦੂਰ ਤੋਂ ਪਛਾਣਦੇ ਪੰਜਾਬੀ ਆ ਰਿਹਾ, ਆ ਗਿਆ, ਠੀਕ ਹੈ ਸਰ, ਉਹਨੂੰ ਲੈ ਕੇ ਮੈਂ ਇੱਕ ਗਾਣਾ ਲਿਖਿਆ ਸੀਗਾ। ਆਪ ਖੁਦ ਲਿਖਿਆ? ਬਿਲਕੁਲ ਸਰ, ਹਾਂਜੀ। ਅੱਛਾ, ਤੇ ਕਿਉਂਕਿ ਮੇਰੀ ਆਦਤ ਹੈਗੀ ਹੈ, ਮੇਰਾ ਇੱਕ ਸੁਭਾਅ ਹੈ ਕਿ ਜਿਹੜੀ ਚੀਜ਼ ਸਾਡਾ ਪਰਿਵਾਰ ਦੇਖ ਸਕੇ ਸੁਣ ਸਕੇ, ਕੋਈ ਜੀ ਕੋਈ ਚੀਜ਼ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਆ। ਅੱਛਾ, ਸੋ ਮੈਂ ਉਹਦੇ ਵਿੱਚ ਚੰਦ ਲਾਈਨਾਂ ਤੁਹਾਡੀ ਪੇਸ਼। ਅੱਛਾ ਸਰ, ਛੋਟੇ ਮੋਟੇ ਸਕੂਲ ਦੇ ਵਿੱਚ ਵੀ ਕਰਦਾ ਰਹਿੰਦਾ ਸੀ ਪਾਰਟਿਸਪੇਟ, ਹੈ ਨਾ, ਤੇ
ਸਾਡੇ ਪਿੰਡ ਦੇ ਵਿੱਚ ਲੋਕ ਸੰਪਰਕ ਦਾ ਡਰਾਮਾ ਹੁੰਦਾ ਸੀਗਾ। ਅੱਛਾ ਅੱਛਾ। ਤੇ ਉਸ ਦੇ ਵਿੱਚ ਵੀ ਜਦੋਂ ਅਸੀਂ ਦੇਖਣਾ ਬੜਾ ਚਾਅ ਆਉਣਾ ਹਨਾ, ਅਕਲੀ ਦਿਲ ਦੇ ਵਿੱਚ ਹੋਣਾ ਵੀ ਮੈਂ ਵੀ ਇਹਨਾਂ ਵਾਂਗੂ ਕਦੇ ਸਟੇਜ ਤੇ ਖੜਾ। ਆਹਾ ਹਾ। ਸਾਡੇ ਪਿੰਡ ਤੋਂ ਸਾਡੇ ਮਾਮਾ ਜੀ ਉਹ ਲੱਗਦੇ ਕੁਲਵੰਤ। ਬਸ ਮੈਂ ਤੁਹਾਡੀ ਗੱਲ ਢੋਕ ਰਿਹਾ। ਜੀ ਸਰ। ਅਕਬਰ ਹੋਰੀ ਜੀ, ਕਿ ਲੋਕ ਸੰਪਰਕ ਵਿਭਾਗ ਨੇ ਹਾਂਜੀ ਬਹੁਤ ਕਲਾਕਾਰ ਪੈਦਾ ਕੀਤੇ। ਹਾਂਜੀ ਸਰ। ਸਾਡੇ ਮੁਹੰਮਦ ਸਦੀਕ ਸਾਹਿਬ ਜੀ ਸਰ, ਉਹਨਾਂ ਨੇ ਵੀ ਇਸ ਡਿਪਾਰਟਮੈਂਟ 'ਚ ਸੇਵਾ ਕੀਤੀ। ਠੀਕ ਹੈ ਜੀ। ਅਤੇ ਹੁਣ ਅੱਜ ਦੇਖੋ ਕਿੱਥੇ ਪਹੁੰਚੇ ਨੇ। ਹਾਂਜੀ। ਅਤੇ ਉਹਨਾਂ ਦੇ ਬ੍ਰਦਰ, ਉਹਨਾਂ ਨੇ ਵੀ ਇਸੇ ਮਹਿਕਮੇ 'ਚ ਸੇਵਾ ਕੀਤੀ ਹੈ, ਅਤੇ ਹੋਰ ਬੜੇ ਅੱਛੇ ਅੱਛੇ ਕਲਾਕਾਰ, ਕਿਉਂਕਿ ਪਿੰਡਾਂ 'ਚ ਜਾ ਕੇ ਉਹ ਇਸ ਮਹਿਕਮੇ ਨੇ ਡਰਾਮੇ ਦਿਖਾਉਣੇ, ਸਿਨੇਮਾ ਦਿਖਾਉਣੀ ਆ, ਅਤੇ ਲੋਕਾਂ ਦੇ ਉਹਦੇ ਵਿੱਚ ਬੜਾ ਪ੍ਰਭਾਵ ਪੈਂਦਾ ਸੀ। ਜੀ ਜੀ। ਲੋਕ ਦੇਖ ਕੇ ਫਿਰ ਜਦੋਂ, ਕਿਉਂਕਿ ਉਦੋਂ ਇੰਨੇ ਇੰਟਰਟੇਨਮੈਂਟ ਦੇ ਸਾਧਨ ਨਹੀਂ ਸੀ ਹੁੰਦੇ, ਅਤੇ ਲੋਕ ਬੜਾ ਇਕੱਠ ਹੁੰਦਾ ਸੀ ਡਰਾਮੇ ਵੇਖਣ ਦਾ, ਸਿਨੇਮੇ ਵੇਖਣ ਦਾ, ਅਤੇ ਫਿਰ ਲੋਕਾਂ ਦੇ ਬੱਚਿਆਂ ਦੇ ਮਨ 'ਚ ਅਸੀਂ ਵੀ ਇੱਦਾਂ ਦੇ ਬਣੇ, ਅਸੀਂ ਵੀ ਇੱਦਾਂ, ਫਿਰ ਉੱਥੋਂ ਤੁਹਾਨੂੰ ਪ੍ਰੇਰਨਾ ਮਿਲਦਾ। ਬਿਲਕੁਲ ਸਰ। ਹਾਂਜੀ ਹਾਂਜੀ। ਅਤੇ ਸਾਡੇ ਪਿੰਡ ਤੋਂ ਸੀਗੇ, ਸਾਡੇ ਪਿੰਡ ਤੋਂ ਕੁਲਵੰਤ ਸਿੰਘ ਕੋਮਲ ਜੀ। ਕੋਮਲ। ਅੱਛਾ ਅੱਛਾ। ਉਹ ਗਾਣਾ ਗਾਇਆ ਕਰਦੇ ਸੀ, ਉਹ ਆਪਣਾ ਤੋਂ ਵੀ ਸੀ ਡਿਪਾਰਟਮੈਂਟ 'ਚ ਸੀ, ਡੀਪੀਆਰਓ ਡਿਪਾਰਟਮੈਂਟ ਵਿੱਚ ਸੀ। ਹਾਂਜੀ ਹਾਂਜੀ। ਕੁਲਵੰਤ ਸਿੰਘ ਜੀ। ਹਾਂਜੀ ਹਾਂਜੀ। ਉਹਨਾਂ ਦੇ ਰਿਟਾਇਰ ਹੋ ਗਏ ਨੇ। ਹਾਂਜੀ ਹਾਂਜੀ ਹਾਂਜੀ। ਉਹਨਾਂ ਨੂੰ ਦੇਖ ਕੇ ਬੜਾ ਮੈਨੂੰ ਮਤਲਬ ਚਾਅ ਆਉਂਦਾ ਸੀ ਵੀ ਚਲੋ ਸਾਡੇ ਪਿੰਡ ਦੇ ਹੈ, ਮੇਰੇ ਮਾਮਾ ਜੀ ਲੱਗਦੇ ਨੇ, ਅਤੇ ਚਲੋ ਬੜਾ ਕੁਛ ਸਾਨੂੰ ਸਿੱਖਣ ਨੂੰ ਵੀ ਮਿਲਿਆ ਉਹਨਾਂ ਨੂੰ ਦੇਖ ਦੇਖ ਕੇ, ਹੈ ਨਾ ਜੀ। ਅਤੇ ਉਸ ਤੋਂ ਬਾਅਦ ਫਿਰ ਸਕੂਲ ਜਿਹੜਾ ਜਾਣਾ, ਜਦੋਂ ਉੱਥੇ ਟੀਚਰਾਂ ਨੇ ਮੌਕਾ ਦੇਣਾ ਸਾਨੂੰ ਵੀ ਚੱਲ ਵੀ ਸੁਣਾ ਸੱਜਣ ਸਿੰਘ, ਅਸਲ ਦੇ ਵਿੱਚ ਪੂਰੀ ਟੌਰ ਸੀ ਆਪਣੇ ਸਕੂਲ ਦੀ। ਹਾਂਜੀ ਹਾਂਜੀ। ਕੋਈ ਪੀਰੀਅਡ ਦੇ ਵਿੱਚ ਟਾਈਮ ਨਹੀਂ ਪਾਸ ਹੁੰਦਾ, ਮਾਸਟਰ ਖੜਾ, ਚੱਲ ਵੀ ਸੱਜਣ ਸਿੰਘ ਹੋ ਜਾ ਖੜਾ, ਸਾਧ ਦਾਣਾ ਟਾਈਮ ਲੰਘੇ ਭੰਗ ਤੋਂ। ਅਤੇ ਹਰਵਿੰਦਰ ਜੀ, ਤੁਸੀਂ ਕਹਿੰਦੇ ਹਾਸ ਰਸ ਦੇ ਬਹੁਤ ਵੱਡੇ ਬਾਦਸ਼ਾਹ ਹੋ। ਦਰਸ਼ਕ ਕਹਿੰਦੇ ਆ ਯਾ ਸੱਜਣ ਭਾਅ ਜੀ ਕਹਿੰਦੇ, ਪਰ ਮੈਨੂੰ ਸ਼ੱਕ ਜਿਹਾ ਲੱਗਦਾ ਹੈ। ਤੁਸੀਂ ਆਵਾਜ਼ਾਂ ਵੀ ਬਦਲਦੇ ਹੋ? ਬਦਲ ਤਾਂ ਆਵਾਜ਼ਾਂ ਤਾਂ ਕਈ ਕੱਢ ਲੈਂਦਾ ਇੰਨਾ ਕਿਹੜਾ ਹੈ। ਅੱਛਾ, ਕਿਹੜੀ ਕਿਹੜੀ ਆਵਾਜ਼ ਕੱਢ ਲੈਂਦੇ? ਬੇਪੁੱਤ ਮੈਂ ਆਵਾਜ਼ਾਂ ਤਾਂ ਕਈ ਕੱਢ ਲੈਂਦਾ, ਪਰ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਮੇਰੇ ਤੇ। ਅੱਜ ਲੋਕਾਂ ਨੂੰ ਯਕੀਨ ਦਵਾਓ ਨਾ, ਕਹਿੰਦੇ ਕਿ ਤੁਸੀਂ ਦੋ ਗਾਣਾ ਲੇਡੀ ਤੇ ਜੈਂਟਸ ਆਵਾਜ਼ 'ਚ ਵੀ ਗਾ ਲੈਂਦੇ। ਉਹ ਫਿਰ ਮੈਂ ਜਦੋਂ ਆਰ ਓ ਟੀ ਵੀ 1 ਦੀ ਦੁਬਾਰਾ ਮੇਅਰ ਹੋਊਗੀ ਸਾਡੇ 'ਤੇ, ਉਦੋਂ ਪੇਸ਼ ਕਰਕੇ ਜਾਊਂਗਾ। ਅੱਜ ਮੈਂ ਜਿਹੜੇ ਮੈਂ ਦੋ ਚਾਰ ਕਮੇਡੀ ਆਪਣੇ ਬਿਗੜੇ ਜੀ ਆਸ਼ਕ ਨੂੰ। ਤੁਸੀਂ ਸੱਪ ਦੀ ਗੱਲ ਕੀਤੀ, ਤੁਹਾਡਾ ਤਾਂ ਰਸਤੇ ਬੜਾ ਖਤਰਨਾਕ ਜਿਹਾ, ਬਹੁਤ ਬੁਰਾ। ਤੁਸੀਂ ਕਈ ਵਾਰੀ ਆਪਣੇ ਅੱਖਾਂ ਦੇ ਨਾਲ ਹੀ ਕੋਈ ਇਹੋ ਜਿਹੀ ਸੱਪ ਵਾਲੀ ਘਟਨਾ ਵੇਖੀ? ਸੱਪ ਦੇਖੇ ਤਾਂ ਹੈ, ਲੇਕਿਨ ਦੂਰ ਤੇ ਦੇਖੇ, ਨੇੜੇ ਤੇ ਨੇੜੇ ਤੇ ਨੇੜੇ ਤੇ ਨਹੀਂ, ਕਿਉਂਕਿ ਜੇ ਮੇਰੇ ਸਾਹਮਣੇ ਆ ਜਾਵੇ ਸੱਪ ਨਾ, ਤਾਂ ਉਹ ਦੇਖਦੀ ਸਾਰੀ ਨੂੰ ਬਹੁਤ ਡਰ ਲੱਗਦਾ। ਅੱਛਾ, ਦੇਖਦਾ ਤੂੰ ਤੇ ਡਰ ਇਹਨੂੰ ਲੱਗ ਜਾਂਦਾ। ਪਤਾ ਸਰ, ਸੱਪ ਭੱਜ ਲੈਂਦਾ ਵੀ ਮੇਰੇ ਤੋਂ ਵੱਡਾ ਸੱਪ ਕਿੱਥੇ ਆ ਗਿਆ। ਆਹ ਗੱਲ ਹੈ। ਚਲੋ, ਤੇ ਵੈਸੇ ਦੇਖਿਆ ਜਾਏ ਸੱਪ ਸਾਡਾ ਕਿਸਾਨਾਂ ਦਾ ਮਿੱਤਰ ਜਾਨਵਰ। ਬਿਲਕੁਲ ਜੀ, ਇਹ ਫਸਲਾਂ ਦੇ ਵਿੱਚ ਨੁਕਸਾਨ ਕਰਨ ਵਾਲਿਆਂ ਕੀੜਿਆਂ ਨੂੰ ਉਹਦਾ ਖਤਮ ਕਰਦਾ। ਤੇ ਹੁਣ ਦੇਖੋ, ਵੈਸੇ ਆ ਕਰੋਨਾ ਲੱਗਿਆ, ਵਾਤਾਵਰਨ ਕਿੰਨਾ ਸ਼ੁੱਧ ਹੋ ਗਿਆ, ਸਾਫ਼ ਹੋ ਗਿਆ। ਅਤੇ ਠੀਕ ਹੈ, ਤਕਲੀਫ ਵੀ ਹੁੰਦੀ ਹੈ, ਜਿੱਥੇ ਮਾੜਾ ਪੱਖ ਹੁੰਦਾ ਉੱਥੇ ਚੰਗਾ ਪੱਖ ਵੀ ਹੁੰਦਾ, ਜਿੱਥੇ ਚੰਗਾ ਪੱਖ ਹੁੰਦਾ ਉੱਥੇ ਮਾੜਾ ਪੱਖ ਵੀ ਹੁੰਦਾ। ਹਾਂਜੀ ਹਾਂਜੀ ਹਾਂਜੀ। ਚੰਗਿਆਈ ਅਤੇ ਬੁਰਿਆਈ ਦੋ ਪਹਿਲੂ ਨੇ ਜ਼ਿੰਦਗੀ ਦੇ। ਅਤੇ ਜਿਵੇਂ ਮੈਨੂੰ ਇਸ ਗੱਲ ਦਾ ਹੈਗਾ ਵੀ ਜਿਵੇਂ ਅੱਜ ਕੱਲ੍ਹ ਵਿਆਹ ਸ਼ਾਦੀਆਂ ਹੋ ਰਹੀਆਂ ਸਨ,
मैं एक फिल्म बनाई उसके भी मैसेज दिता है तुहाडे इस चैनल राही भी मैसेज दूंगा लोगों को कि जिवें अजकल ब्याह हो रहे हैं बिल्कुल सिंपल बिल्कुल सादे तरीके नाल है ना भी सानू चाहिए कि इदां ही ब्याह शादियां करिए बाप अपनी इज्जत की खातर पैसा नहीं होंगे कर्जा बहुत सारा चक लेंदा अपना नक रखने की खातर बिल्कुल बिल्कुल ब्याह हो जाता सब कुछ आता फिर जिन्होंने कर्जा लेना होंगे वो मंगना आते हैं फिर बेचारा मूल इनकम होंगी नहीं है हाँ इनकम इन्नी होंगी नहीं हैगी तो आही जे लोग रीति जी रिवाज हो चलिया यही अपना लैन बिल्कुल बहुत वधिया मसले हल हो सकते हैं। दूजी गल मैं कहांगा कि जिहड़ा अपना खाण पीण हैगा जी तुसीं देखो पहले जिहड़े बजुर्ग होंदे सीगे कह लो भी कई कई मील पैदल ही तुर के चले जांदे सीगे ठीक है अजकल की जिहड़ी जनरेशन है बिच असीं भी आ जांदे आं भी असी मोटरसाइकिल स्कूटर तो बिना गल नहीं करते ठीक है पैदल तुरन की तो गल बहुत दूर है ठीक है जी और दूजी गल जो सा खाण पीण है खाण पीण लैके भी असी बाजारों चीज़ा जड़ियाँ है फ्राइड चीज़ा है उन्होंने ज़्यादा खा के खुश है जोड़ा सिंपल खाना सगा पहला बजुर्ग खाते सके देखो पहला किसी को शुगर बी पी गठिया कोई भी किडनी खराब किसी की सिंपल जी खुराक होंगी सी ਉਹ ਗੱਠੇ ਦੀ ਚਟਣੀ ਹੋਈ ਕਰਕੇ ਰੋਟੀ ਖਾ ਲੈਂਦੇ ਨੇ ਮਿੱਸੀ ਰੋਟੀ ਹੁੰਦੀ ਸੀ ਛੋਲਿਆਂ ਦੇ ਵਿੱਚ ਜੀ ਜੀ ਠੀਕ ਹੈ ਨਾ ਛੋਲਾ ਵਿੱਚ ਬੀਜਦੇ ਨਹੀਂ ਛੋਲੇ ਹਾਂ ਉਹ ਇਕੱਠਾ ਹੀ ਆਟਾ ਪੀ ਲੈਂਦੇ ਸੀ ਬੇਰੜਾ ਕਹਿੰਦੇ ਸੀ ਬੇਰੜਾ ਬੇਰੜਾ ਉਹਦੀ ਰੋਟੀ ਬਣਾਉਣੀ ਆ ਉਹ ਵੈਸੇ ਵੀ ਸਿਹਤ ਨੂੰ ਮਜ਼ਬੂਤ ਕਰਦੀ ਸੀ ਤੇ ਉਹ ਲੋਕ ਤੰਦਰੁਸਤ ਰਹਿੰਦੇ ਸੀਗੇ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਛੇਤੀ ਛੇਤੀ ਹੁੰਦੀ ਸੀਗੀ ਤੇ ਅੱਜ ਕੱਲ੍ਹ ਇਹ ਸਾਨੂੰ ਜਿਹੜੀਆਂ ਬਿਮਾਰੀਆਂ ਵੀ ਲੱਗੀਆਂ ਇਹ ਸਾਰੀਆਂ ਸਾਡੇ ਖਾਣ ਪੀਣ ਕਰਕੇ ਹੈਗੀਆਂ ਔਰ ਸਾਡੇ ਵਾਤਾਵਰਨ ਕਰਕੇ ਹੈਗੀਆਂ ਸਾਡਾ ਵਾਤਾਵਰਨ ਬੜਾ ਜਿਹੜਾ ਪੋਲੂਸ਼ਨ ਜਿਹੜਾ ਫੈਲ ਗਿਆ ਸੀਗਾ ਚਾਰੇ ਪਾਸੇ ਗੱਡੀਆਂ ਦਾ ਧੂੰਆਂ ਇੰਡਸਟਰੀ ਦਾ ਜਿਹੜਾ ਹੈਗਾ ਧੂੰਆਂ ਹੈਗਾ ਹੈ ਨਾ ਜੀ ਅਤੇ ਪੱਠਿਆਂ ਦੇ ਧੂੰਏ ਕਹਿ ਲਓ ਹੈ ਨਾ ਅਤੇ ਇਹ ਸਾਰੇ ਧੂੰਆਂ ਕਰਕੇ ਔਰ ਖਾਣ ਪੀਣ ਕਰਕੇ ਸਾਨੂੰ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਸੀ ਅਤੇ ਸਾਨੂੰ ਮੈਂ ਤਾਂ ਕਹਿੰਦਾ ਵੀ ਜਿਵੇਂ ਹੁਣ ਅਸੀਂ ਇੱਕ ਲਿਮਿਟ ਦੇ ਵਿੱਚ ਖਰਚੇ ਕਰ ਰਹੇ ਹਾਂ ਸਿੰਪਲ ਖਾਣੇ ਖਾ ਰਹੇ ਘਰਾਂ ਦੇ ਵਿੱਚ ਸਾਨੂੰ ਸਿੰਪਲ ਹੀ ਖਾਣਾ ਚਾਹੀਦਾ ਤਾਂ ਕਿ ਅਸੀਂ ਇਹ ਬਿਮਾਰੀਆਂ ਤੋਂ ਬਚ ਸਕੀਏ ਠੀਕ ਹੈ ਦੂਜੀ ਗੱਲ ਸਰ ਜਿਹੜੀ ਪੈਸੇ ਦੀ ਹੋੜ ਹੈ ਦੁਨੀਆ ਦੇ ਵਿੱਚ ਪੈਸੇ ਦੀ ਹੋੜ ਲੱਗੀ ਹੋਈ ਆ ਵੀ ਪੈਸੇ ਕਰਕੇ ਪਤਾ ਨਹੀਂ ਇਨਸਾਨ ਕੀ ਕਰਦਾ ਉਹ ਨਹੀਂ ਦੇਖ ਰਿਹਾ ਕਿਸੇ ਦਾ ਭਲਾ ਹੋ ਰਿਹਾ ਕਿਸੇ ਦਾ ਬੁਰਾ ਹੋ ਰਿਹਾ ਠੀਕ ਹੈ ਜੀ ਮਿਲਾਵਟਖੋਰੀ ਨੂੰ ਮੇਰੇ ਕਹਿਣ ਦਾ ਮਤਲਬ ਮਿਲਾਵਟਖੋਰੀ ਜਿਹੜੀ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਆ ਰਹੀ ਸਰ ਠੀਕ ਹੈ ਨਾ ਅਸੀਂ ਇੱਕ ਤਰ੍ਹਾਂ ਦੀ ਜ਼ਹਿਰ ਖਾ ਰਹੇ ਹਾਂ ਨਕਲੀ ਦੁੱਧ ਬਣਦਾ ਨਕਲੀ ਪਨੀਰ ਬਣਦਾ ਨਕਲੀ ਘਿਓ ਬਣਦਾ ਕਿੱਥੋਂ ਕਿੱਥੋਂ ਅਸੀਂ ਬਚਾਂਗੇ ਬਿਲਕੁਲ ਸਰ ਬਿਲਕੁਲ ਦੇਖੋ ਫਸਲਾਂ ਦੇ ਵਿੱਚ ਪਹਿਲਾਂ ਜਿਹੜਾ ਢੇਰ ਹੁੰਦਾ ਸੀ ਢੇਰ ਲਾਇਆ ਹੁੰਦਾ ਉਹ ਚੱਕ ਕੇ ਉਹ ਰੇ ਪੈਂਦਾ ਸੀਗਾ ਉਹਦੇ ਨਾਲ ਕੁਦਰਤ ਹਾਂ ਕੁਦਰਤੀ ਸੀਗਾ ਤੇ ਅੱਜ ਕੱਲ੍ਹ ਜਿਹੜੇ ਅਸੀਂ ਸਿੱਖ ਰਹੇ ਹਾਂ ਉਹ ਅੱਜ ਕੱਲ੍ਹ ਉਹ ਢੇਰ ਦੇ ਰੇ 'ਚ ਕੋਈ ਲਿਬੜਨਾ ਨਹੀਂ ਚਾਹੁੰਦਾ ਸਿਰਫ ਸਾਫ਼ ਕੱਪੜੇ ਚਾਹੁੰਦਾ ਹੈ ਮਾਰਕੀਟ 'ਚੋਂ ਖਰੀਦਦੇ ਰੇ ਉਹ ਛੱਟਾ ਦੇ बस सानू ये होंगे भी साडा जो मान लो कोई कोई भी फसल हैगी है जी है ना भी जी 15 दिन च होनी है वह 5 दिन च हो जाए उदा लेकिन सानू नुकसान भी होंदा उदा खमियाजा सानू भुगतना पै ते खेड़ी जी तुसी मजा भी कीता काफ़ी ते अजकल जिहड़े मजा दे कलाकार जां कुछ उन्हां बारे तुसी कुछ कहना चाहोगे हाँ जी मैं तो यही कहना चाहुंदा भी जिहड़ी अज तो 30 साल पहला गायकी थी उहदे गाणे दे अर्थ भी वधिया निकलदे थे गाए भी वधिया जांदे थे सुर ताल च गाए जांदे थे उदों दा सिंगर ता जिहड़ा उह जे इक वार गाउण लग गया तां घंटा घंटा अद्धा अद्धा घंटा पौणा घंटा गाई जांदा था स्टेज ते पर अज कल दे जिहड़े मैं कलाकारां नूं कहना नहीं चाहुंदा क्योंकि चंगी गल नहीं पर लेकिन दम सी चमकीले दम सी सरदूर सिकंदर मानक साहब दम शिंदा जी हो भी बहुत सत्कारयोग कलाकार है जो टाइम
ਜਿਹੜਾ ਉਹਨਾਂ ਚ ਦਮ ਹੈ ਅੱਜ ਦੇ ਕਿਸੇ ਵੀ ਕਲਾਕਾਰ ਚੋਂ ਦਮ ਮੈਨੂੰ ਨਹੀਂ ਦਿਖਾਈ ਦੇ ਰਿਹਾ। ਜਮਲਾ ਜੱਟ ਜੀ ਦੇ ਗਾਣੇ ਸੁਣ ਲਓ, ਹੱਲੇ ਵੀ ਦੇਖ ਲਓ। ਹਾਂਜੀ ਹਾਂਜੀ, ਸਤਿਗੁਰ ਨਾਨਕ ਤੇਰੀ ਨੀਲਾ ਨਿਆਰੀ ਹੈ, ਸਤਿਗੁਰ ਨਾਨਕ ਤੇਰੀ ਨੀਲਾ ਨਿਆਰੀ ਹੈ। ਦੇਖੋ ਅੱਜ ਤੋਂ 30 ਸਾਲ ਪਹਿਲਾਂ ਜਦੋਂ ਵੀ ਕਿਸੇ ਦਾ ਵਿਆਹ ਹੋਣਾ ਹੁੰਦਾ ਤਾਂ ਕੋਈ ਸ਼ੁਭ ਕੰਮ ਹੋਣਾ ਹੁੰਦਾ ਤਾਂ ਸਿਰਫ ਉਹੀ ਲੱਗਦਾ ਤਾ ਲੋਕਾਂ ਦੇ ਕੋਠਿਆਂ ਤੇ ਸਪੀਕਰਾਂ ਚ ਗਾਣਾ ਰਮਦਾ ਸਾਹਿਬ ਦਾ। ਅੱਜ ਦੇ ਕਲਾਕਾਰਾਂ ਦੇ ਗੀਤ 8 ਦਿਨ ਇੱਦਾਂ ਇੱਦਾਂ ਕਰਦੇ ਆ, ਉਹਦੇ ਬਾਅਦ ਮੁੜ ਕੇ ਦੇਖਦੇ ਹੀ ਨਹੀਂ ਗੀਤ। ਇਹ ਕਾਰਨ ਕਿਆ ਹੈ? ਕਲਾਕਾਰ ਨੂੰ ਆਪ ਨਹੀਂ ਪਤਾ ਹੁੰਦਾ ਵੀ ਮੇਰਾ ਪਿਛਲੇ ਹਫ਼ਤੇ ਕਿਹੜਾ ਗਾਣਾ ਆਇਆ ਸੀ। ਨਾ ਤਾਂ ਅੱਜ ਕੱਲ੍ਹ ਲੇਖਣੀ ਹੈ ਅੱਜ ਕੱਲ੍ਹ, ਅਤੇ ਨਾ ਹੀ ਅੱਜ ਕੱਲ੍ਹ ਉਹ ਗਾਇਕੀ ਰਹੀ, ਸਿਰਫ ਪੈਸੇ ਦੇ ਦਮ ਪਰ ਇਹ ਕਲਾਕਾਰੀਆਂ ਹੋ ਰਹੀਆਂ ਹੈ। ਜਿਹਦੇ ਕੋਲ ਪੈਸਾ ਉਹ ਕਲਾਕਾਰ ਹੈ, ਨਹੀਂ ਕਲਾਕਾਰ ਬਹੁਤ ਛੁਪੇ ਹੋਏ ਹੈ ਹੈਗੇ। ਜਿਹਨਾਂ ਕੋਲ ਪੈਸਾ ਨਹੀਂ ਉਹ ਸਿਰਫ ਪੈਸੇ ਦੇ ਪੈਸਾ ਨਾ ਹੋਣ ਕਾਰਨ ਛੁਪੇ ਹੋਏ। ਅਸਲ ਦੇ ਵਿੱਚ ਜਿਹੜੀ ਅੱਜ ਕੱਲ੍ਹ ਜਿਹੜੀ ਕਹਿ ਲਓ ਵੀ ਲੱਚਰ ਗਾਇਕੀ ਹੋ ਰਹੀ ਆ, ਹੈ ਨਾ, ਇਹਦੇ ਵਿੱਚ ਕੁਛ ਹੱਦ ਤੱਕ ਸਾਡਾ ਵੀ ਸੁਣਨ ਵਾਲਿਆਂ ਦਾ ਵੀ ਕੁਛ ਉਹ ਹੁੰਦਾ ਹੈ। ਜੇ ਕੋਈ ਉਹਦਾ ਵੀ ਜ਼ਿਆਦਾ ਰੋਲ ਹੈ, ਕੋਈ ਵਧੀਆ ਮਤਲਬ ਕਲਾਕਾਰ ਕਰਦਾ ਹੈਗਾ, ਕੋਈ ਪ੍ਰੋਜੈਕਟ ਕਰਦਾ ਤਾਂ ਉਹਨੂੰ ਦੇਖਿਆ ਹੀ ਨਹੀਂ ਜਾਂਦਾ, ਇਗਨੋਰ ਕੀਤਾ ਜਾਂਦਾ ਉਹਨੂੰ, ਉੱਥੇ ਕਲਾਕਾਰ ਮਜਬੂਰ ਹੋ ਜਾਂਦਾ ਹੈ। ਹਾਂ, ਆਹ ਵੀ ਗੱਲ ਠੀਕ ਹੈ। ਇੱਕ ਅਸੀਂ ਬਹੁਤ ਦੇਰਾਂ ਤੋਂ ਇਕੱਠੇ ਹੀ ਰਹਿੰਦੇ ਆ ਰਹੇ ਹਾਂ, ਆਸ਼ਕੀਆਂ ਉਸ਼ਕੀਆਂ ਦਾ ਹਰੇਕ ਹੀ ਕਰਦੇ ਆ, ਅਸੀਂ ਨਹੀਂ ਕਰੀਆਂ। ਤਾਂ ਉਦੋਂ ਇੱਕ ਵਾਰ ਇਹਨਾਂ ਦੀ ਮੈਂ ਕੋਈ ਸਟੋਰੀ ਦੇਖੀ, ਉਹਦੇ 'ਤੇ ਗਾਣਾ ਲਿਖਿਆ, ਕਮੇਡੀ ਆ, ਮੈਂ ਰਿਕਾਰਡ ਵੀ ਕਰਾਇਆ ਸੀ ਚੱਲ ਮਾੜਾ ਮੋਟਾ, ਅਤੇ ਜੇ ਕਹੇ ਤਾਂ ਮੈਂ ਉਹਦੇ ਬੋਲ ਦੋ ਸੁਣਾ ਦਿੰਦਾ। ਸੁਣਾ ਦੋ ਇਹਨਾਂ ਨਾਲ ਮਤਲਬ ਇੱਦਾਂ ਹੋਈ ਨਾ ਵੀ ਜਿਹੜੀ ਇਹਨਾਂ ਦੀ ਉਹ ਤੀ ਪ੍ਰੇਮਿਕਾ ਤੀ, ਇਹਨੂੰ ਉਹਦੇ 'ਤੇ ਬਹੁਤ ਭਰੋਸਾ ਤਾ, ਬਹੁਤ ਮਾਣ ਤਾਣ ਕਰਦੇ ਤੇ ਜਿੱਦਣ ਉਹਨਾਂ ਦੇ ਘਰਾਂ ਸਾਗ ਦੀ ਗੁੱਛੀ ਲੈ ਕੇ ਦੇਣ ਗਿਆ ਤਾਂ ਉੱਥੇ ਉਹਨਾਂ ਦੇ ਘਰਾਂ ਲੋਕ ਇਕੱਠੇ ਹੋਏ ਜਾਂ ਪੁੱਛੇ ਦਰਵਾਜੇ ਖੜੇ ਵੀ ਕਿਆ ਹੈ ਵੀ ਵਿਆਹ ਧਰਤਾ। ਤੇਰੇ ਵਿਆਹ ਦੀ ਬਰੀ ਲਿਆਉਂਦੀ ਨੀ ਵੇਖ ਮੇਰੀ ਅੱਖ ਭਰ ਗਈ, ਹਲਵਾਈ ਤੇ ਪਕਾਵਾ ਪੁੱਤ ਕਰ ਲੈ ਸਮਝ ਜੋ ਤੇਰੀ ਪੱਠੀ ਚੜ ਗਈ। ਪਹਿਲਾਂ ਆਸ਼ਕ ਹੁੰਦੇ ਸੀਗੇ, ਹੈ ਨਾ, ਹੀਰ ਰਾਂਝਾ ਸੱਸੀ ਪੁੰਨੂ, ਹੈ ਨਾ, ਕਿਹੋ ਜਿਹੇ ਇੱਕ ਦੂਜੇ ਪਿੱਛੇ ਜਾਨ ਦੇਣ ਤਿਆਰ ਰਹਿੰਦੇ। ਇੱਕ ਅੱਜ ਕੱਲ੍ਹ ਦੇ ਹੈ ਦੇਖੋ ਕੈਸਾ ਲਿਖਦੇ, ਹੈ ਨਾ, ਵੀ ਕੈਸੇ ਕੈਸੇ ਸ਼ਰਾਬ ਦਿੰਦੇ। ਨਹੀਂ ਅੱਜ ਇਹ ਬਹੁਤ ਵਧੀਆ, ਮਤਲਬ ਪਹਿਲਾਂ ਕਲਾਕਾਰੀ, ਅੱਜ ਕੱਲ੍ਹ ਇਹ ਡਿਜੀਟਲ ਆਸ਼ਕੀ ਹੈ, ਸੈਕਿੰਡ ਟਾਈਮ ਆਸ਼ਕੀ ਵੀ ਡਿਜੀਟਲ ਬਣ ਗਈ, ਡਿਜੀਟਲ ਆਸ਼ਕੀ ਹੋ ਗਈ। ਤੇ ਸਾਡੇ ਦੇਸ਼ ਨੂੰ ਵੈਸੇ ਡਿਜੀਟਲ ਕੰਟਰੀ ਬਣਾਉਣਾ ਚਾਹੁੰਦੇ ਤੇ ਅਜੇ ਕੰਟਰੀ ਤਾਂ ਬਣੀ ਨਹੀਂ, ਮੇਰਾ ਆਸ਼ਕੀ ਬਣ ਗਈ। ਸਕਿੰਟਾਂ 'ਚ ਆਸ਼ਕੀ ਸ਼ੁਰੂ ਹੋ ਜਾਂਦੀ ਤੇ ਸਕਿੰਟਾਂ 'ਚ ਡਿਲੀਟ, ਬਲੌਕ ਕਰ ਦਿਓ, ਬਸ ਲੜਾਈ ਖਤਮ। ਨਵੇਂ ਪਾਸੇ ਖੰਭ ਮਾਰਨੇ ਸ਼ੁਰੂ ਕਰ ਦਿੰਦੇ ਆ। ਇੱਦਾਂ ਹੈ ਵੀ ਬਾਕੀ ਠੀਕ ਠਾਕ ਹੈ, ਜਿਹੜਾ ਕੋਈ ਕਰਦਾ ਹੈ ਆਪਣੀ ਦਮ 'ਤੇ ਕਰਦਾ ਕਰੀ ਜਾਂਦਾ ਹੈ। ਨਹੀਂ, ਸਾਨੂੰ ਅਕਸਰ ਵਧੀਆ ਲਿਖਣਾ ਚਾਹੀਦਾ, ਵਧੀਆ ਗਾਉਣਾ ਚਾਹੀਦਾ ਤੇ ਸਾਨੂੰ ਸੁਣਨਾ ਵੀ ਵਧੀਆ ਚਾਹੀਦਾ ਜੀ। ਵਧੀਆ, ਹੈ ਨਾ ਜੀ। ਦੇਖੋ ਜੀ, ਜਿਹੜੇ ਅੱਛੇ ਬੰਦੇ ਉਹ ਤਾਂ ਹਾਲੇ ਵੀ ਬਹੁਤ ਵਧੀਆ ਸੁਣਦੇ ਆ, ਬਿਲਕੁਲ ਥੋੜ੍ਹੇ ਠੀਕ ਹੈ ਨਾ ਜੀ, ਪਰ ਅੱਜ ਕੱਲ੍ਹ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਕੀ ਹੋ ਗਿਆ, ਬੰਦੂਕਾਂ ਵੀ ਨਹੀਂ ਪੈ ਗਏ, ਜੀਪਾਂ ਲੰਡੀਆਂ ਜੀਪਾਂ ਬੰਦੂਕਾਂ, ਇਹ ਗੀਤ ਹੈ ਜੇ ਕਦੇ ਜ਼ਿਮੀਂਦਾਰ ਜਿਹੜੇ ਕਿਸਾਨ ਭਰਾ ਹੈ ਉਹਨਾਂ ਨੂੰ ਪਿੰਡ 'ਚ ਜਾ ਕੇ ਦੇਖੋ ਖੇਤਾਂ 'ਚ ਕਿਵੇਂ ਰੁਲਦੇ ਆ ਉਹ, ਬਿਲਕੁਲ ਠੀਕ ਹੈ। ਪਰ ਇੱਥੇ ਚੈਨਲਾਂ 'ਤੇ ਦਿਖਾਉਂਦੇ ਆ ਗਾਣਿਆਂ ਰਾਹੀਂ ਵੀ ਭਰਾਓ ਜਾਓ ਆ ਗਿਆ ਆ ਗਿਆ, ਉੱਧਰ ਨੂੰ ਜਾਂਦਾ ਇੱਧਰ ਨੂੰ ਆ ਗਿਆ, ਤੋ ਹੁਣ ਮੈਂ ਤੁਹਾਡੀ ਗੱਲ ਇੱਥੇ ਟੋਕਦਾ, ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਇੱਕ ਬਹੁਤ ਵਧ ਗਿਆ ਬੱਚਿਆਂ ਨੇ ਗਿੱਧਾ ਤਿਆਰ ਕੀਤਾ, ਗਿੱਧਾ ਵੇਖਦੇ ਹਾਂ, ਉਸ ਤੋਂ ਬਾਅਦ ਅਸੀਂ ਫਿਰ ਇੱਥੇ ਹਾਜ਼ਰ ਹੋਵਾਂਗੇ। ਬਿਲਕੁਲ ਬਿਲਕੁਲ, ਠੀਕ ਹੈ ਨਾ। ਢੋਲਕ ਵੱਜਦਾ ਮੇਰੇ
ਮਾਤਾ ਹੈ ਨਹੀਂ ਆਵੇ ਗੱਲ ਮਾਤਾ ਇਦਕਟ ਹੋਲੀ ਹੋਲੀ ਤੋਰ ਗੱਡ ਗੜੀ ਰੇ ਬਾਲਿਆਂ ਗੱਡ ਹੋਲੀ ਹੋਲੀ ਤੋਰ ਮੇਰੀ ਹਿਲਣ ਕਣੇ ਦੀ ਬਾਣੀਆਂ ਮੇਰੇ ਦਿਲ ਵਿੱਚ ਪੈਂਦਾ ਹੋਲ ਮੇਰਾ ਮਾਈ ਗੜ ਬਾਣੀ ਮੈਂ ਗੜ ਬੇਦੀ ਡੋਰ ਮੇਰਾ ਮਾਈ ਗੜ ਬਾਣੀ ਮੈਂ ਗੜ ਬੇਦੀ ਡੋਰ ਮੇਰਾ ਮਾਈ ਗੜ ਬਾ ਤੇਰੀ ਗੜ ਬੇਦੀ ਡੋਰ ਸੱਸ ਮੇਰੀ ਦਾ ਐਡਾ ਜੂੜਾ ਸੱਸ ਮੇਰੀ ਦਾ ਐਡਾ ਜੂੜਾ ਉਪਰੋਂ ਪੈ ਗਈ ਰੇਤ ਸੱਸੇ ਕੰਜਰੀਏ ਸੀਸਾ ਲੈ ਕੇ ਦੇਖ ਸੱਸੇ ਕੰਜਰੀਏ ਸੀਸਾ ਲੈ ਕੇ ਦੇਖ ਸੱਸੇ ਕੰਜਰੀਏ ਸੀਸਾ ਲੈ ਕੇ ਦੇਖ ਸੱਸੇ ਕੰਜਰੀਏ ਸੱਸ ਮੇਰੀ ਦਾ ਐਡਾ ਜੂੜਾ ਵਿੱਚੋਂ ਨਿਕਲੀ ਨੂੰ ਸੱਸੇ ਕੰਜਰੀਏ ਮੈਂ ਨਾ ਤੇਰੀ ਨੂੰ ਸੱਸੇ ਕੰਜਰੀਏ ਮੈਂ ਨਾ ਤੇਰੀ ਨੂੰ ਸੱਸੇ ਕੰਜਰੀਏ ਮੈਂ ਨਾ ਤੇਰੀ ਹਰੇ ਹਰੇ ਕਾ ਵਿੱਚ ਸੱਪ ਸੁੱਕਾ ਮਾਰਦਾ ਹਰੇ ਹਰੇ ਕਾ ਵਿੱਚ ਸੱਪ ਸੁੱਕਾ ਮਾਰਦਾ ਭੱਜੋ ਭੈਣੋ ਨੀ ਭੈਣੂ ਕੱਲਾ ਮੱਝਾਂ ਚਾਰਦਾ ਭੱਜੋ ਭੈਣੋ ਨੀ ਬਾਪੂ ਕੱਲਾ ਮੱਝਾਂ ਚਾਰਦਾ ਭੱਜੋ ਭੈਣੋ ਨੀ ਬਾਪੂ ਕੱਲਾ ਮੱਝਾਂ ਚਾਰਦਾ ਹਰੇ ਹਰੇ ਕਾ ਵਿੱਚ ਉੱਡਣ ਪਮੀਰੀਆਂ ਹਰੇ ਹਰੇ ਕਾ ਵਿੱਚ ਉੱਡਣ ਪਮੀਰੀਆਂ ਭੱਜੋ ਵੀਰਾ ਜੀ ਭੈਣ ਮੰਗਣ ਜੰਜੀਰੀਆਂ ਭੱਜੋ ਭੈਣੋ ਵੀ ਭੈਣਾ ਮੰਗਣ ਜੰਜੀਰੀਆਂ ਭੱਜੋ ਵੀਰਾ ਵੀ ਭੈਣਾ ਮੰਗਣ ਜੰਜੀਰੀਆਂ ਛਵੀਲਾ ਜੱਟਾਂ ਦਾ ਮੁੰਡਾ ਬੜਾ ਸ਼ੈਲ ਛਵੀਲਾ ਸੁਹਾਵਤੀ ਨਾ ਮੇਰੀ ਸੱਸ ਕੰਜਰੀ ਨਾ ਆਣਾ ਸੜਕਾਂ ਸਾਫ ਕਰ ਦੋ ਮੇਰੀ ਸੱਸ ਕੰਜਰੀ ਨੇ ਆਣਾ ਸੜਕਾਂ ਚ ਟੋਏ ਬੁੱਟ ਧੋ ਆਣਾ ਸੜਕਾਂ ਚ ਟੋਏ ਬੁੱਟ ਧੋ ਮੇਰੀ ਸੱਸ ਕੰਜਰੀ ਨੇ ਆਣਾ ਮੁਟਿਆਰਾਂ ਆਈਆਂ ਬਣਨ ਕੇ ਮੁਟਿਆਰਾਂ ਆਈਆਂ ਆਈਆਂ ਪਟੋਲਾ ਬਣ ਕੇ ਬਣਿਆ ਪਟੋਲਾ ਬਣ ਕੇ ਦੇਖ ਸਮੀਨਾ ਫੜ ਕੇ ਕਿੱਦਾਂ ਕੁੜੀਆਂ ਦਾ ਦੇਖ ਸ਼ਕੀਨਾ ਹੱਥ ਮੈਂ ਗੜਵੀ ਗੰਗਲ ਪਾਣੀ ਹੱਥ ਮੈਂ ਗੜਵੀ ਗੰਗਲ ਪਾਣੀ ਅਸਾਂ ਚਰਨ ਦਲਾਮਣ ਆਇਆ ਭਗਵਾਨ ਨਾਇਆ ਰਚਨਾ ਅਸਾਂ ਚਰਨ ਦਲਾਮਣ ਆਇਆ ਭਗਵਾਨ ਨਾਇਆ ਰਚਨਾ ਮੇਰੀ ਦਰਦ ਨਸੀਬਾ ਵਾਲੀ ਭਗਵਾਨ ਲਾਇਓ ਰਚਨਾ ਮੇਰੀ ਤਰਤ ਨਸੀਬਾ ਵਾਲੀ ਭਗਵਾਨ ਲਾਇਓ ਰਚਨਾ ਹੱਥ ਮੈਂ ਧੂਪ ਧੁਪਾ ਦੀਆਂ ਬੱਟੀਆਂ ਹੱਥ ਮੈਂ ਧੂਪ ਧੁਪਾ ਦੀਆਂ ਬੱਟੀਆਂ ਅਸੀਂ ਧੂਪ ਜਗਾਵਣ ਆਈਆਂ ਭਗਵਾਨ ਲਾਇਆ ਰਚਨਾ ਅਸਾਂ ਧੂਪ ਜਗਾਵਣ ਲਾਇਆ ਭਗਵਾਨ ਲਾਇਆ ਰਚਨਾ ਮੇਰੀ ਤਰਤ ਨਸੀਬਾ ਵਾਲੀ ਭਗਵਾਨ ਲਾਇਆ ਰਚਨਾ ਮੇਰੀ ਤਰਤ ਨਸੀਬਾ ਵਾਲੀ ਭਗਵਾਨ ਲਾਇਆ ਰਚਨਾ ਕਈ ਨੱਚਿਆ ਕਰਨੀਆਂ ਨਾ ਫਰਜ਼ਦਾਰ ਨਾ ਆਪਣੇ
ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਦੇਖਿਆ ਜੀ ਕਿੰਨਾ ਮਜ਼ਾ ਆਇਆ, ਕਮਾਲ ਹੋ ਗਿਆ। ਨਿੱਕੇ ਨਿੱਕੇ ਬੱਚਿਆਂ ਨੇ ਦੇਖੋ ਗਿੱਧਾ ਪਾ ਕੇ ਕਿੰਨਾ ਸੋਹਣਾ, ਕਹਿੰਦੇ ਹੁੰਦੇ ਨਾ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ, ਗਾਉਣ ਵਾਲੇ ਦਾ ਮੂੰਹ ਬੋਲੀ ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ। ਮੈਨੂੰ ਲੱਗਦਾ ਤੁਸੀਂ ਵੀ ਨੱਚਦੇ ਹੋ, ਥੋੜੀ ਜੀ ਹਨਾ ਖਾਜੀ ਹੋਈ ਹੈ, ਮੈਂ ਵੀ ਸੁਣਾ ਦਿੰਦਾ ਮੈਂ ਕਰ ਦਿੰਦਾ ਖਾਜੀ। ਅੱਛਾ ਹਾਂਜੀ ਚਲੋ ਠੀਕ ਹੈ, ਕਿਉਂਕਿ ਜਿਹੜਾ ਗਿੱਧਾ ਭੰਗੜਾ ਪੰਜਾਬ ਦਾ ਲੋਕ ਨਾਚ ਹੈਗਾ ਵੀ ਹਨਾ ਸਾਡਾ ਸੱਭਿਆਚਾਰ ਹੈ, ਸੋ ਇਹੋ ਜਿਹਾ ਇੱਕ ਗਾਣਾ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ। ਕਰ ਦੋ ਕਰ ਦੋ। ਹੋ ਆ ਜੋ ਸਾਰੇ ਨੱਚੀਏ ਗਾਈਏ ਛੱਡ ਕੇ ਸਭ ਚ ਵੇਲੇ, ਆ ਜੋ ਸਾਰੇ ਨੱਚੀਏ ਗਾਈਏ ਛੱਡ ਕੇ ਸਭ ਚ ਵੇਲੇ, ਮੇਰਾ ਦੇਸ਼ ਪੰਜਾਬ ਕਲੀਨਿਕ ਤੋਂ ਨਿਕਲ ਕੇ ਮੈਂ ਵੀ ਚਲੇ ਜਾਣਾ ਉਹਨਾਂ ਕੋਲ, ਵਿੱਚ ਚਾਰ ਕੁ ਲੱਤਾਂ ਮੈਂ ਵੀ ਮਾਰ ਆਉਣੀਆਂ ਤੇ ਹਾਂਜੀ ਬਸ ਮਾੜਾ ਮੋਟਾ ਆਪਣੇ ਜੋਗਾ ਸਿੱਖ ਗਿਆ ਖਾਣ ਪੀਣ ਲੱਤਾਂ ਕਹਿੰਦੇ ਮਾਰਦੇ ਸੀ ਤੁਸੀਂ ਬੰਦਾ ਕਿਸੇ ਨੂੰ ਕੋਈ ਚੀਜ਼ ਉਹ ਦਿੰਦਾ ਹੁੰਦਾ ਜਿਹੜੀ ਆਪਣੇ ਕੋਲ ਹੋਵੇ, ਬਿਲਕੁਲ ਹਨਾ। ਹੁਣ ਜਿਹਦੇ ਕੋਲ ਆਪਣੇ ਕੋਲ ਵਿਚਾਰੇ ਕੁਛ ਨੀ ਹੁੰਦਾ ਸੁੱਕ ਗਿਆ ਗਲਾ ਨਹੀਂ ਸੁੱਕਿਆ ਨੀ ਗਿੱਲਾ ਕਰ। ਅੱਛਾ ਕਹਿ ਤਾਂ ਖੇੜੀ ਜੀ ਇਹਨਾਂ ਨੇ, ਇਹ ਕਹਿੰਦੇ ਕਹਿੰਦੇ ਆਪਾਂ ਇੱਧਰੋਂ ਸੁਣਦੇ ਜੀ ਇੱਧਰੋਂ ਕੱਢ ਦਿੰਦੇ ਆ। ਅੱਛਾ ਇੱਧਰੋਂ ਸੁਣ ਕੇ ਇੱਧਰੋਂ ਕੱਢਦੀ ਤਾਂ ਆਪਾਂ ਇਹਨਾਂ ਉਹ ਮਤਲਬ ਵਧੀਆ ਦੋਸਤ ਹੈ ਜੀ ਸਾਡਾ, ਦੇਖੋ ਹਾਸੀ ਮਜ਼ਾਕ ਚੱਲਦਾ ਰਹਿੰਦਾ ਹੈ, ਬਹੁਤ ਪੁਰਾਣੇ ਆ ਜੀ, ਕਦੇ ਵੀ ਸਾਨੂੰ ਇੱਕ ਦੂਜੇ ਦੀ ਲੋੜ ਪੈਂਦੀ ਹੈ। ਦੇਖੋ ਜੀ ਦੋਸਤੀ ਜਿਹੜੀ ਹੈ ਇਹ ਦੋਸਤੀ ਹੀ ਹੁੰਦੀ ਹੈ। ਹਾਂਜੀ ਬਿਲਕੁਲ ਸਰ, ਕਿਉਂਕਿ ਸਮੇਂ ਸਿਰ ਜਿਹੜਾ ਕੰਮ ਆਉਂਦਾ ਦੋਸਤ ਕੰਮ ਆਉਂਦਾ, ਬਿਲਕੁਲ ਸਾਡਾ ਆਂਢ ਗੁਆਂਢ ਕੰਮ ਆਉਂਦਾ। ਹਾਂਜੀ ਕਿਉਂਕਿ ਜਦੋਂ ਕੋਈ ਸਾਡੇ ਤੇ ਭੀੜ ਪੈਂਦੀ ਹੈ ਤਾਂ ਸਾਡੇ ਰਿਸ਼ਤੇਦਾਰ ਤਾਂ ਕਿੱਡੀ ਕਿੱਡੀ ਦੂਰ ਬੈਠੇ, ਬਿਲਕੁਲ ਉਹਨਾਂ ਨੂੰ ਪਹੁੰਚਣ ਲਈ ਕਿੰਨਾ ਸਮਾਂ ਲੱਗਣਾ, ਕਹਿੰਦਾ ਉਹਨਾਂ ਨੂੰ ਸੁਨੇਹਾ ਜਾਊਗਾ ਫਿਰ ਉਹ ਆਉਣਗੇ, ਲੇਕਿਨ ਜਿਹੜੇ ਸਾਡੇ ਪੜੋਸੀ ਆ ਸਾਡੇ ਦੋਸਤ ਆ ਜਿਗਰੀ ਜਾਣਾ ਉਹਨਾਂ ਸਾਡੀ ਜਦੇ ਹੈਲਪ ਕਰ ਦੇਣੀ ਹੈ। ਕਹਿੰਦੇ ਦੋਸਤੀ ਦੋਸਤੀ ਕੀ ਕੜੀ ਹੋਤੀ ਹੈ, ਦੋਸਤੀ ਦੋਸਤੀ ਕੀ ਕੜੀ ਹੋਤੀ ਹੈ, ਯੇ ਇਮਾਰਤ ਬੜੀ ਮੁਸ਼ਕਿਲ ਸੇ ਖੜੀ ਹੋਤੀ ਹੈ, ਯੂੰ ਤੋ ਦੁਨੀਆ ਮੇਂ ਖੂਨ ਕੇ ਰਿਸ਼ਤੇ ਵੀ ਹੋਤੇ ਹੈ, ਲੇਕਿਨ ਦੋਸਤੀ ਹਰ ਇੱਕ ਰਿਸ਼ਤੇ ਸੇ ਬੜੀ ਹੋਤੀ ਹੈ। ਸੋ ਦੋਸਤੀ ਹੈ ਜਿਹੜੀ ਇਹ ਕ੍ਰਿਸ਼ਨ ਸੁਧਾਮਾ ਜੀ ਵਰਗੀ ਦੋਸਤੀ ਹੋਣੀ ਚਾਹੀਦੀ ਹੈ ਅੱਜ ਕੱਲ੍ਹ ਦੀ ਦੋਸਤੀ। ਦੇਖੋ ਜੀ ਦੋਸਤੀ ਪੱਕੀ, ਹਾਂਜੀ ਖਰਚੋ ਆਪਾਂ ਆਪਣਾ, ਬਿਲਕੁਲ ਕਿਉਂ ਜੀ। ਹਾਂਜੀ ਹਾਂਜੀ ਇੱਦਾਂ ਹੁੰਦਾ ਤੁਹਾਡੇ ਚ ਵੀ? ਨਹੀਂ ਸਰ ਦੇਖੋ ਖਰਚਾ
खर्चा में 30 करोड़ ना। अच्छा जे जेब च होवे फिर कोई परवाह नहीं। अच्छा जे जेब च नहीं होंगे फिर करने रखना ही 2000 ਦਾ ਨੋਟ ਬੰਨਿਆ ਵਾ ਇਹ ਯਾਰ। अच्छा ਸਾਡੇ ਵਰਗੇ ਖੁੱਲੇ ਹੁੰਦੇ ਸਾਡੇ ਜੇਬ ਚ ਫਿਰ ਸਾਨੂੰ ਖਰਚਾ ਕਰਨਾ ਪੈਂਦਾ। ਇਹ ਬਹੁਤ ਵਧੀਆ ਦੋਸਤ ਐ ਇਦਾਂ ਦੇ। ਵੈਸੇ ਚਲੋ ਪਤਾ ਕੀ ਜਿਹੜੀ ਮਾਇਆ ਇਹ ਬੜੀ ਠੱਗਣੀ ਹੁੰਦੀ ਹੈ। ਇਹ ਬੜੇ ਬੜੇ ਰਿਸ਼ਤੇਦਾਰੀਆਂ ਚ ਯਾਰਾਂ ਦੋਸਤਾਂ ਚ ਫਿੱਕ ਪਾ ਦਿੰਦੀ ਹੈ। ਪਾ ਦਿੰਦੀ ਹੈ ਨਾ। ਤਾਂ ਇਸੇ ਕਰਕੇ ਕਿਹਾ ਕਿ ਦੋਸਤੀ ਪੱਕੀ ਖਰਚਵਾ ਪਾ। ਬਿਲਕੁਲ ਬਿਲਕੁਲ ਇਸ ਕਰਕੇ ਚਲੋ ਠੀਕ ਹੈ ਹਿਸਾਬ ਤਾਬ ਨਾਲ ਰਵੇ ਤਾਂ ਸਾਰਾ ਕੁਝ। ਪਰ ਮੇਰਾ ਨਹੀਂ ਖਰਚਾ ਇਸੀ ਨੇ ਚੱਕਿਆ ਹੋਇਆ। ਆਪਾਂ ਕਦੇ ਪਰਵਾਹ ਨਹੀਂ ਕੀਤੀ ਜੀ। ਦੇਖੋ ਪੈਸਾ ਕਹਿੰਦੇ ਹੱਥਾਂ ਦੀ ਮੈਲਾ ਚਲੀ ਜਾਂਦਾ ਹੈ ਹਨਾ। ਤੇ ਪਰਮਾਤਮਾ ਸੁੱਖ ਰੱਖੇ। ਪੈਸੇ ਵੀ ਕਿ ਮੈਲਾ ਤੁਹਾਡੇ ਕੋਲ ਇਹ ਸਾਰੇ ਬਸ ਗੋਡੇ ਗੋਡੇ ਸੀਗੀ ਲਾਇਆ ਘਰੇ ਮੈਂ ਕਿ ਲਾਕਡਾਊਨ ਵਿੱਚ ਉਤਰ ਗਈ ਸਾਰੀ। लेकिन जे साडे कोल नहीं कुछ हैगा तां असीं कित्थों हेल्प करिए। ਠੀਕ ਹੈ ਨਾ। ਅਰੇ ਤੁਹਾਡੇ ਕੋਲ ਹੋਊਗਾ ਤਾਂ ਹੀ ਤੁਸੀਂ ਗਾਹ ਹੱਥ ਕਰੋਗੇ ਨਾ। ਪਰ ਸਾਨੂੰ ਇਹ ਚਾਹੀਦਾ ਵੀ ਸਾਡੀਆਂ ਸਰਕਾਰਾਂ ਨੂੰ ਵੀ ਥੋੜਾ ਜਿਹਾ ਚਾਹੀਦਾ ਸਰ ਇਸ ਕਲਾਕਾਰ ਲਈ ਲੈਣ ਬਾਰੇ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਕਿਉਂਕਿ ਅਸੀਂ ਤਾਂ ਕਿਸੇ ਗਿਣਤੀ 'ਚ ਆਉਂਦੇ ਨਹੀਂ ਹੈ ਜੀ। ਨਹੀਂ ਆਉਂਦੇ। ਠੀਕ ਹੈ ਸਾਡੇ ਸਾਰੇ ਪ੍ਰੋਗਰਾਮ ਕੈਨਸਲ ਹੋ ਗਏ। ਔਰ ਮੈਨੂੰ ਇੰਨਾ ਕਹਿ ਵੀ ਜੇ ਲੋਕਡਾਊਨ ਖੁੱਲ ਵੀ ਜਾਂਦਾ ਹੈ ਖੁੱਲ ਜਾਣਾ 15 ਦਿਨ ਨੂੰ 20 ਦਿਨ ਨੂੰ ਖੁੱਲ ਜਾਂਦਾ ਹੈ ਤਾਂ ਜਿਹੜਾ ਸਾਡਾ ਕੰਮ ਹੈ ਕਲਾਕਾਰਾਂ ਦਾ ਕੰਮ ਹੈ ਉਹ ਘੱਟੋ ਘੱਟ ਵੀ 7-8 ਮਹੀਨੇ ਨਹੀਂ ਚੱਲ ਸਕਦਾ। ਉਹਦੇ ਕਰਕੇ ਸਾਡੀ ਜਿਹੜੀ ਰੋਟੀ ਪਾਣੀ ਹੈਗਾ ਸਾਡਾ ਪਰਿਵਾਰ ਹੈਗਾ ਮੁਸ਼ਕਲ ਹੋ ਗਿਆ ਵੀ। ਚਲੋ ਦੇਖੋ ਕਲਾਕਾਰ ਹੀ ਕਹਾ ਇਨਸਾਨ ਹੈ ਜਿਹਨੇ ਹਰ ਇੱਕ ਘਰ ਦੀ ਸੁੱਖ ਮੰਗੀ। ਹਾਂਜੀ ਹਰ ਇੱਕ ਵਾਸਤੇ ਵਧੀਆ ਸੋਚਣਾ ਕਿਉਂਕਿ ਘਰਾਂ 'ਚ ਸੁਖੀ ਹੋਣਗੇ ਕਰਨਗੇ ਤਾਂ ਹੀ ਕਲਾਕਾਰਾਂ ਨੂੰ ਕੰਮ ਮਿਲੂਗਾ। ਇੱਕ ਸਿਰਫ ਸਰ ਰੋਟੀ ਦਾ ਨਹੀਂ ਮਸਲਾ ਹੁੰਦਾ। ਦੇਖੋ ਸਾਡੇ ਘਰ ਦੇ ਵਿੱਚ ਸਾਡੇ ਬੱਚੇ ਵੀ ਹੈ ਸਾਡੇ ਮਾਪੇ ਹੈਗੇ ਆ ਕਿਸੇ ਨੂੰ ਬਿਮਾਰੀ ਠਮਾਰੀ ਵੀ ਹੁੰਦੀ ਹੈ ਕੋਈ ਹੈਨਾ ਉਹਦੇ ਵਾਸਤੇ ਸਾਨੂੰ ਦਵਾਈ ਬੂਟੀ ਦੇ ਵਾਸਤੇ ਵੀ ਲੋੜ ਹੁੰਦੀ ਹੈ। ਹਰ ਇੱਕ ਇਨਸਾਨ ਨੂੰ ਲੋੜ ਹੈ ਸਾਡੇ ਨਾਲ ਹੀ ਇਕੱਲੇ ਸਾਰੇ ਇਨਸਾਨਾਂ ਨੂੰ ਲੋੜ ਹੁੰਦੀ ਹੈ। ਉੱਥੇ ਜਾ ਕੇ ਬੰਦਾ ਮਜਬੂਰ ਹੋ ਜਾਂਦਾ ਬੰਦਾ ਕਰੇ ਤਾਂ ਕੀ ਕਰੇ। ਦੇਖੋ ਜੀ ਸਾਨੂੰ ਸਭ ਨੂੰ ਸਭ ਤੋਂ ਵੱਡੀ ਇਨਸਾਨੀਅਤ ਹੁੰਦੀ ਹੈ। ਇਨਸਾਨੀਅਤ ਬਣਾਉਣੀ ਚਾਹੀਦੀ ਹੈ ਔਰ ਜਿਹੜਾ ਸਮਾਂ ਗੁਜ਼ਰ ਰਿਹਾ ਤੁਹਾਨੂੰ ਸਭ ਨੂੰ ਪਤਾ ਇਸ ਸਮੇਂ ਦੇ ਵਿੱਚ ਸਾਨੂੰ ਹਰ ਇੱਕ ਦੇ ਕੰਮ ਆਉਣਾ ਚਾਹੀਦਾ। ਕਿਤੇ ਵੀ ਕੋਈ ਕਿਸੇ ਲੋੜਵੰਦ ਬੰਦੇ ਨੂੰ ਉਹਦੀ ਜ਼ਰੂਰ ਦੀ ਚੀਜ਼ ਵੀ ਪਹੁੰਚਾਉਣੀ ਚਾਹੀਦੀ ਹੈ। ਅਤੇ ਹੁਣ ਆਪਣੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ।